ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਲਕਮ ਜੀ ਇਹਨੂੰ ਜਨਾਬ, ਸਵਾਗਤ ਹੈ। ਸ਼ੁਕਰੀਆ ਜੀ, ਸ਼ੁਕਰੀਆ ਮੇਰੇ ਵੱਲੋਂ ਆਪ ਦੀ ਸਾਰੇ ਸਰੋਤਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੋ, ਠੀਕ ਠਾਕ ਹੋ? ਬੜੀ ਬੜੀ ਕਿਰਪਾ ਜੀ, ਬੜੀ ਕਿਰਪਾ। ਬੰਦੀ ਛੋੜ ਦੇ ਉਸ ਦੀਆਂ ਦੀਵਾਲੀ ਦੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਬਿਲਕੁਲ ਜੀ ਬਿਲਕੁਲ, ਸਾਰੇ ਸਰੋਤਿਆਂ ਦੇ ਦਰਸ਼ਕਾਂ ਤੇ ਆਪ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਵਧਾਈਆਂ ਜੀ। ਕਿਹੋ ਵੇਲੇ ਨਾ ਚੰਗਾ ਗਵਾਂਢੀ ਜਿਹੜਾ ਨਾ ਗਵਾਂਢ ਦੇ ਵਿੱਚ ਇਹਨਾਂ ਦਾ ਨਾਮ ਹੀ ਬੋਲਚਾਲ ਹੋਵੇ ਨਾ, ਤੇ ਉਹਨਾਂ ਦੇ ਘਰੇ ਕਦੇ ਭਾਂਡੇ ਖੜਕਦੇ ਹੁਣ ਤੇ ਬੰਦਾ ਜਿਹੜਾ ਉਹ ਚਿੰਤਾ ਚ ਹੁੰਦਾ, ਪਤਾ ਨੀ ਯਾਰ ਕਿਤੇ ਕਦਾ ਭਾਂਡਾ ਉੜ ਕੇ ਸਾਡੇ ਹੱਲ ਨਾ ਆ ਜਾਵੇ। ਹੈ ਨਾ, ਕਿਤੇ ਡਾਂਗੋ ਡਾਂਗੀ ਹੋਵੇ ਤੇ ਸਾਡਾ ਨੁਕਸਾਨ ਨਾ ਕਰ ਦੇਣ। ਹੈ ਨਾ, ਪੰਥ ਰਤਨ ਫਕਰੇ ਕੌਮ, ਪਦਮ ਭੂਸ਼ਣ ਕਿਸਾਨਾਂ ਦੇ ਮਸੀਹਾ, ਬਲਾ ਬਲਾ ਬਲਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਾਂਗਰਸੀ ਦੀ ਲੜਾਈ ਦੀ ਚਿੰਤਾ ਸਤਾਉਣ ਲੱਗੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੇ ਡੂੰਘੇ ਬੰਦੇ ਨੇ, ਡੂੰਘੇ ਤੰਜ ਵੀ ਕੱਟਣੀ ਹੋਵੇ ਤੇ ਪਤਾ ਨੀ ਲੱਗਣ ਦਿੰਦੇ, ਡੂੰਘੇ ਜੂ ਆ। ਤਾਂ ਕਰਕੇ ਉਹ ਮੈਨੂੰ ਤਾਂ ਲੱਗਦਾ ਇੱਕ ਤਾਂ ਗਾਣਾ ਉਹਨਾਂ ਦਾ ਨਾਭੇ ਦੀ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ। ਆਹ ਨਾਭੇ ਦੀ ਹੈ ਬੰਦ ਬੋਤਲੇ ਨੀ ਤੈਨੂੰ ਪੀਣਗੇ ਨਸੀਬਾਂ ਵਾਲੇ ਜੀ। ਇਹ ਦੋਵੇਂ ਤਿੰਨਾਂ ਕਲਾਕਾਰ ਨਾਭੇ, ਅੱਛਾ ਅੱਛਾ ਨਾਭੇ ਜਿਹੜੀ ਪ੍ਰੀਤ ਕੰਬਾਈਨ ਵਾਲੇ ਉਹਨਾਂ ਕੋਲ ਗਿਆ ਸੀ ਤੇ ਪ੍ਰੀਤ ਕੰਬਾਈਨ ਵਾਲੇ ਇਹਨਾਂ ਦੇ ਬੜੇ ਤਕੜੇ ਫਾਈਨਾਂਸਰ ਨੇ। ਜਦੋਂ ਵੀ ਕਿਤੇ ਇਲੈਕਸ਼ਨ ਆਉਂਦੀ ਆ ਉਦੋਂ ਇਹਨਾਂ ਦੀ ਮਦਦ ਕਰਦੇ। 1977 ਦੇ ਵਿੱਚ ਜਦੋਂ ਬਾਦਲ ਸਾਹਿਬ ਰਿਹਾ ਹੋ ਕੇ ਆਏ ਨੇ, ਸਭ ਤੋਂ ਪਹਿਲਾਂ ਇਹ ਦਿੱਲੀ ਦੇ ਸਰਦਾਰ ਤਲੋਚਨ ਸਿੰਘ ਦੇ ਘਰ ਗਏ ਨੇ, ਤਲੋਚਨ ਸਰਨ ਦੇ ਘਰ। ਉਹਨੂੰ ਜਾ ਕੇ ਕਹਿਣ ਲੱਗੇ ਵੀ ਭਾਈ ਬਾਬਾ ਜੀ, ਗੱਲ ਇਹ ਹੈ ਵੀ ਤੁਸੀਂ ਸਾਡੀ ਮਦਦ ਕਰ ਸਕਦੇ ਹੋ, ਅਸੀਂ ਇਲੈਕਸ਼ਨ ਲੜੀ, ਸਾਡੇ ਕੋਲ ਪੈਸਾ ਕੋਈ ਨਹੀਂ ਹੈ। ਉਹਨਾਂ ਨੇ ਕੁਛ ਆਪਣੇ ਕੋਲ ਇਕੱਠੇ ਕੀਤੇ ਤੇ ਕੁਛ ਦੋਸਤਾਂ ਕੋਲ ਲੈਣਗੇ। 1,00,000 ਰੁਪਇਆ ਉਹਨਾਂ ਦਿਨਾਂ ਚ ਇਹਨਾਂ ਨੇ ਪਾਰਟੀ ਫੰਡ ਦਿੱਤਾ ਤੇ ਅੱਜ ਉਹਨਾਂ ਨਾਲ ਇਹਨਾਂ ਦਾ ਇੱਟ ਖੜਕਾ ਪੂਰਾ ਵਾ, ਪੂਰਾ ਇੱਟ ਖੜਕਾ। ਉਹ ਕੌਣ ਨੇ? ਤਲੋਚਨ ਸਿੰਘ ਹੋਰੀ ਸਰਦਾਰ ਪਰਮਜੀਤ ਸਿੰਘ ਸਰਨੇ ਦੇ ਫਾਦਰ ਸਨ। ਉਹ ਇਹ ਪ੍ਰੀਤ ਕੰਬਾਈਨ ਵਾਲਿਆਂ ਕੋਲ ਗਿਆ, ਉਹ ਇਹਨਾਂ ਦੇ ਫਾਈਨਾਂਸਰ ਨੇ, ਇਹਨਾਂ ਦੀ ਮਦਦ ਕਰਦੇ ਨੇ। ਪੋਸੀਬਿਲਟੀ ਅੱਗੇ ਕਹਿ ਰਹੇ ਨੇ ਵੀ ਤੁਹਾਨੂੰ ਟਿਕਟ ਵੀ ਦੇ ਦੇਣਗੇ, ਕੋਈ ਗੱਲ ਨੀ, ਚਿੰਤਾ ਨਾ ਕਰੋ ਤੁਸੀਂ। ਜਿਹੜਾ ਬਾਪੂ ਮੱਖਣ ਸਿੰਘ ਜੀ, ਸ਼ਾਇਦ ਮੇਰੇ ਖਿਆਲ ਸ਼ਾਇਦ ਜਲੰਧਰ ਵਾਲੇ ਇੰਡਸਟਰੀ ਬੇਸਡ, ਉਹਨਾਂ ਨੂੰ ਟਿਕਟ ਦਿੱਤੀ। ਬਾਪੂ ਸਰੂਪ ਸਿੰਘ, ਬਾਪੂ ਸਰੂਪ ਸਿੰਘ ਉਹਨਾਂ ਨੂੰ ਟਿਕਟ ਦਿੱਤੀ, ਉਹ ਵੀ ਇਹਨਾਂ ਦੇ ਫਾਈਨਾਂਸਰ ਹੁੰਦੇ ਸੀ ਬੜੇ ਤੱਕ। ਹੁਣ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਦੇ ਘਰ ਜਾ ਕੇ ਜਿਹੜੇ ਉਹ ਆਂਡੇ ਉਂਡੇ ਵੀ ਜਾ ਕੇ ਕਹਿੰਦੇ ਆ, ਚਾਹ ਪਾਣੀ ਪੀਤਾ ਵਾ ਉੱਥੇ ਇਹਨਾਂ ਦੇ। ਫਿਰ ਉਹ ਲੱਗਦਾ ਵੀ ਜੇ ਬੰਦ ਬੋਤਲ ਨਹੀਂ ਪੀਤੀ ਤੇ ਬਾਦ ਬੋਲੇ ਨਸ਼ਾ ਜ਼ਰੂਰ ਹੋ ਗਿਆ ਲੱਗਦਾ। ਆਂਡੇ ਉਂਡੇ ਦਾ ਮਤਲਬ ਤੁਸੀਂ ਗੁੱਜਾ ਜਾ, ਤੁਸੀਂ ਕਿਹੜਾ ਘੱਟ ਡੂੰਘੇ ਹੋ? ਨਹੀਂ, ਮੇਰਾ ਕਹਿਣ ਤੋਂ ਪਾਪ ਤੋਂ ਜੋ ਹੋਰ ਤੁਸੀਂ ਸਮਝ ਗਏ ਜੋ ਮੈਂ ਕਿਹਾ ਚਾਹੁੰਦਾ। ਨਹੀਂ, ਮੈਂ ਹੁਣ ਆਂਡਿਆਂ ਤੇ ਲੂਣ ਵੀ ਪਾਉਂਗਾ, ਮੈਂ ਕਾਲੀ ਮਿਰਚ ਤੇ ਮੈਂ ਨਾਲ ਲਾਲ ਮਿਰਚ ਵੀ ਰੱਖੂਗਾ ਉੱਤੇ। ਕਿ ਤੁਸੀਂ ਹੁਣ ਆਂਡੇ ਉਂਡੇ ਤੇ ਫਿਰ ਵੇਖੋ ਕਿੱਥੇ ਤੁਸੀਂ ਮਤਲਬ ਹੈ, ਕਿਆ ਬਾਤ ਹੈ। ਬਾਪੂ ਬਾਦਲ ਸਾਹਿਬ ਡੂੰਘੇ ਨੇ ਤੇ ਤੁਸੀਂ ਉਹਨਾਂ ਦੀਆਂ ਜੜਾਂ ਫੜਨ ਵਾਲੇ ਜਿਹੜੇ ਤੁਸੀਂ ਘੱਟ ਡੂੰਘੇ ਹਜੇ ਆਂਡੇ ਉਂਡੇ ਤੇ ਕਰਕੇ ਗਾਂਹ ਲੰਘ ਗਏ, ਕਿਆ ਬਾਤ ਹੈ। ਅੱਛਾ ਚਲੋ, ਖੈਰ ਨੀ ਵੇ, ਨਾਭੇ ਦੀਏ ਬੰਦ ਫਾਈਨਾਂਸਰ ਬਈ। ਉੱਥੇ ਬਾਪੂ ਬਾਦਲ ਨੂੰ ਪੁੱਛ ਲਿਆ ਵੀ ਬਾਪੂ ਜੀ ਆਹ ਕਿੱਦਾਂ ਕਾਂਗਰਸ ਦੇ? ਕਹਿੰਦੇ ਯਾਰ ਕਾਂਗਰਸ ਹੀ ਜਿਵੇਂ ਲੜੀ ਜਾਣ ਦੇ, ਅਸੀਂ ਤੇ ਨਾ ਨਿਖੇਧੀ ਕਰਦੇ, ਲੜੋ ਨਾ ਬਈ, ਲੜਨਾ ਤੇ ਵਿਰੋਧੀ ਪਾਰਟੀਆਂ ਲੜੋ ਤੇ ਇਲੈਕਸ਼ਨ ਲੜੋ, ਕਿ ਆਪਸ ਨੂੰ ਲੜੀ ਲੜੀ ਜਾਂਦੇ, ਕੀ ਲੋੜ ਤਾਂ ਲੜਨ ਦੀ? ਟਿੱਚਰ ਕੀਤੀ ਹੈ, ਟਿੱਚਰ ਕੀਤੀ ਮਤਲਬ ਜੇ ਤੰਦ ਕਿਸਮ ਦਾ ਤਰੀਕਾ ਬੜਾ ਵਧੀਆ ਦਾ ਦਿੰਦਾ, ਜਿਵੇਂ ਆਂਡਿਆ ਉਂਡਿਆ ਵਾਲਾ ਤੁਹਾਡਾ। ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਦੇ ਹਾਂ ਜੀ ਵੀ ਕੋਈ ਸਹੀ ਗੱਲ ਚੱਲਦੀ ਆ, ਇਹ ਤੁਹਾਡੇ ਕੋਲ ਜੇ ਕੁਰਸੀ ਕੁਸ ਗਈ ਆ ਤੇ ਤੁਸੀਂ ਜਿਹੜੀ ਉਹ ਪਾਰਟੀ ਛੱਡ ਦਿਓ। ਉਹਨਾਂ ਕੋਲੇ 1997 ਵਾਲੇ ਪੰਜ ਸੀਗੇ, ਜਦੋਂ ਕੈਪਟਨ ਅਮਰਿੰਦਰ ਸਿੰਘ ਟਿਕਟ ਮੰਗਦਾ ਸੀ, ਇੱਕ ਟਿਕਟ ਨੀ ਦਿੱਤੀ ਬਾਦਲ ਸਾਹਿਬ ਨੇ, ਉਹ ਕਹਿੰਦਾ ਜੀ ਮੈਨੂੰ ਪਟਿਆਲਾ ਰੂਲ ਦੇ ਦਿਓ, ਪਟਿਆਲਾ ਅਰਬਨ ਦੇ ਦਿਓ, ਤਲਵੰਡੀ ਸਾਬੋ ਦੇ ਦਿਓ, ਜਿੱਥੋਂ ਮਰਜ਼ੀ ਦੇ ਦਿਓ, ਟਿਕਟਾਂ ਵੰਡੀਆਂ ਗਈਆਂ। ਟਿਕਟ ਤੇ ਹੈ ਹੀ ਕੋਈ ਨੀ ਹੈਗੀ, ਟਿਕਟ ਨੀ ਦੇ ਸਕਦੇ ਅਸੀਂ ਤੁਹਾਨੂੰ, ਕੋਈ ਗੱਲ ਨੀ।
ਜਥੇਬੰਦੀ ਕੰਮ ਕਰਨਾ ਕਦੀ ਜੋ ਕੋਈ ਉਦੋਂ ਦਾ ਉਹਦਾ ਮੇਰਾ ਗੁੱਸਾ ਸੀ ਨਾ ਵੀ ਇਹਨੇ ਮੁੜ ਕੇ ਸਾਨੂੰ ਆ ਕੇ ਇੱਕ ਸਿੱਟਿਆ ਕੋਰਟ ਦੇ ਵਿੱਚ ਸਾਨੂੰ ਚੋਂ ਕਾਂਗਰਸ ਵਾਪਸ ਚਲੇ ਗਏ ਮਹੀਨੇ ਚ ਪ੍ਰਧਾਨ ਬਣ ਗਏ ਤੇ 2002 ਚ ਮੁੱਖ ਮੰਤਰੀ ਬਣ ਗਏ ਤੇ ਮੁੜ ਕੇ ਘਸੀਟਿਆ ਉਹਨਾਂ ਕਿਹਾ ਵਧੀਆ ਮੌਕਾ ਹੋਣਾ ਉਹਨੇ ਨਿੱਦਾ ਕਰਦੇ ਆ ਜੀ ਇਹ ਬੰਦਾ ਥੋੜੀ ਕੀ ਗਿਆ ਇਹਨੇ ਤੇ ਵੇਖੋ ਜੀ ਜੇ ਕੁਰਸੀ ਨਿਕਲ ਗਈ ਤੇ ਫਿਰ ਕੀ ਹੋਇਆ ਜਥੇਬੰਦੀ ਵੱਡੀ ਹੁੰਦੀ ਹੈ ਪਿਓ ਕੇ ਚਲੋ ਪੱਟੀ ਸਾਹਿਬ ਤੁਸੀਂ ਮਤਲਬ ਅੰਦਰਲੀਆਂ ਜਾਣਦੇ ਹੋ ਥੋੜੀ ਜਿਹੀਆਂ ਰਾਜਨੀਤੀ ਦੇ ਵਿੱਚ ਕਿਉਂਕਿ ਇੱਕ ਤਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਤੁਹਾਡਾ ਬੜਾ ਵੱਡਾ ਕੱਦ ਹੈ ਤੇ ਕੁਝ ਕੋਈ ਖਬਰਾਂ ਹੁੰਦੀਆਂ ਨੇ ਆਫ ਦੀ ਰੈਕਡ ਵੀ ਹੁੰਦੀਆਂ ਨੇ ਕੀ ਐਡਵੋਕੇਟ ਜਨਰਲ ਦਿਓਲ ਨੇ ਅਸਤੀਫਾ ਦਿੱਤਾ ਹੈ ਜਾਂ ਨਹੀਂ ਦਿੱਤਾ ਕੀ ਗੁਗਲੀ ਹੈ ਕੱਲ ਸਾਰਾ ਦਿਨ ਚਰਚਾ ਰਹੀ ਹੈ ਐਡਵੋਕੇਟ ਜਨਰਲ ਨੇ ਅਸਤੀਫਾ ਦੇ ਦਿੱਤਾ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਸਿੱਧੂ ਸਾਹਿਬ ਇੱਕ ਸੰਯੁਕਤ ਹਿੰਦੂ ਮਹਾਸਭਾ ਦੇ ਸਮਾਗਮ ਨੂੰ ਸੰਬੋਧਨ ਕਰਦੇ ਸੀ ਤੇ ਭਿਓਂ ਭਿਓਂ ਕੇ ਚੰਨੀ ਦੇ ਮਾਰ ਰਹੇ ਸੀ ਚੱਟਣ ਦੇ ਮਾਰ ਰਹੇ ਹਾਂਜੀ ਚਲੋ ਕੈਪਟਨ ਤੁਸੀਂ ਮਾਰਨ ਦੀ ਸੀ ਕਿ ਮਾਰੋ ਤੁਸੀਂ ਚੰਨੀ ਨੇ ਲੱਗੀ ਵਿਗਾੜਤਾ ਜੀ ਉਸ ਟਾਈਮ ਦੇ ਉੱਤੇ ਇਹ ਚਰਚਾ ਸੀ ਵੀ ਐਡਵੋਕੇਟ ਜਨਰਲ ਨੇ ਦੁਖੀ ਹੋ ਕੇ ਅਸਤੀਫਾ ਦਿੱਤਾ ਚੁੱਕੋ ਜੀ ਮੈਂ ਕੀ ਕਰਨਾ ਮੈਂ ਕੋਈ ਹੋਰ ਕੰਮ ਕਰੂੰਗਾ ਅਸਤੀਫਾ ਦੇ ਦਿੱਤਾ ਇਹਨਾਂ ਦੀ ਮੁੜੇ ਮੁਲਾਕਾਤ ਹੋਈ ਜਾ ਕੇ ਸੀਐਮ ਦੇ ਨਾਲ ਸੀਐਮ ਨੇ ਇਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਤਾ ਤੇ ਮੁੜ ਕੇ ਇਹਨਾਂ ਨੂੰ ਕਹਿਣਾ ਤਾ ਵੀ ਮੈਂ ਅਸਤੀਫਾ ਕੋਈ ਨੀ ਦਿੱਤਾ ਕਾਰਵਾਈ ਹੋਈ ਜ਼ਰੂਰ ਆ ਅਖਬਾਰਾਂ ਨੇ ਵੀ ਠੀਕ ਕਿਹਾ ਕਿ ਭੇਤ ਬਣਿਆ ਰਿਹਾ ਇਹਨਾਂ ਦਾ ਅਸਤੀਫਾ ਜਿਹੜਾ ਵਾ ਇਹ ਬਿਲਕੁਲ ਠੀਕ ਹੈ ਮੇਰੇ ਨਾਲ ਲੇਕਿਨ ਕਾਰਨ ਕੀ ਸੀ ਕਾਰਨ ਉਹਨਾਂ ਨੂੰ ਵੀ ਪਤਾ ਵੀ ਸੈਣੀਵਾਰ ਇਹ ਕੇਸ ਦੇ ਵਿੱਚ ਮੈਂ ਜਾ ਕੇ ਪੇਸ਼ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਮੈਂ ਸੈਣੀ ਦਾ ਵਕੀਲ ਰਿਹਾ ਉਹਨੂੰ ਬਲੈਂਕਟ ਬੇਲ ਬੋਲਦਾ ਰਿਹਾ ਅੱਜ ਮੈਂ ਕਿਵੇਂ ਪੇਸ਼ ਹੋਊਂਗਾ ਬਿਲਕੁਲ ਰਿਸ਼ਤੇਦਾਰੀ ਦੇ ਵਿੱਚ ਪ੍ਰਸਿੱਧੀ ਵੇਖਿਓ ਚਲੋ ਗੱਲ ਆ ਕਿ ਮੈਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਆਪਣੇ ਏਰੀਏ ਦੇ ਵਿੱਚ ਪਾਪੂਲੈਰਿਟੀ ਬਹੁਤ ਹੈ ਤੁਸੀਂ ਵੀ ਜਾਣਦੇ ਹੋ ਕਾਫਲਾ ਚੱਲਦਾ ਉਹਨਾਂ ਦੇ ਨਾਲ ਜਦੋਂ ਚੱਲਦੇ ਨੇ ਉਹ ਦੁਸ਼ਮਣ ਦੇ ਘਰ ਜਾ ਕੇ ਵੀ ਕੋਈ ਮੌਤ ਹੋਈ ਹੋਵੇ ਤੇ ਬਹਿ ਜਾਂਦੇ ਨੇ ਉਹਨਾਂ ਤੇ ਐਲੀਗੇਸ਼ਨ ਲੱਗਦੇ ਨੇ ਅਜੇ ਤੱਕ ਕੋਈ ਸਾਬਤ ਨਹੀਂ ਹੋਇਆ ਕਿ ਰਿਸ਼ਤੇਦਾਰੀ ਦੇ ਵਿੱਚ ਹਰ ਬੰਦਾ ਰਿਸ਼ਤੇਦਾਰੀ ਦੇ ਵਿੱਚ ਕਾਮਯਾਬ ਹੁੰਦਾ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜੇ ਨੇ ਉਹ ਬ੍ਰਦਰ ਲਾ ਹੁਣ ਜੇ ਆਪਾਂ ਸਾਲਾ ਕਹਿ ਦਈਏ ਤਾਂ ਲਫ਼ਜ਼ ਜਿਹੜਾ ਵਾ ਪੰਜਾਬੀ ਦੀ ਠੇਠ ਮਾਤਰ ਭਾਸ਼ਾ 'ਚ ਪਹਿਲੇ ਅਕਤੂਬਰ ਆ ਤਾਂ ਆਪਾਂ ਕਿਉਂ ਨਾ ਸਾਲਾ ਕਹੀਏ ਹਾਂਜੀ ਜੈਜੀਤ ਸਿੰਘ ਵੀ ਸਾਲੇ ਨੇ ਜੋ ਜੋ ਪਰ ਉਹਨੇ ਸੁਰਖੀਆਂ ਨਹੀਂ ਬਟੇਰ ਸਕੇ ਐਲੀਗੇਸ਼ਨ ਲੱਗਣ ਤੋਂ ਬਾਅਦ ਵੀ ਜਾਂ ਚਰਚਾ ਤੋਂ ਬਾਅਦ ਵੀ ਜੋ ਜੋ ਦੀ ਇੰਨੀਆਂ ਸੁਰਖੀਆਂ ਨਹੀਂ ਆਈਆਂ ਜਿੰਨੀਆਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਹਰ ਵੇਖੋ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਆਉਣੀ ਹੈ ਤਾਂ ਬਿਕਰਮਜੀਤ ਸਿੰਘ ਮਜੀਠੀਆ ਨਾਲ ਲੈਵਲ 'ਤੇ ਚੱਲਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਆ ਰਹੀ ਹੈ ਤਾਂ ਬਿਕਰਮਜੀਤ ਸਿੰਘ ਮਜੀਠੀਆ 19 ਦਾ ਫਰਕ ਆ ਕਦੇ 21 ਉੱਤੇ ਹੁੰਦੇ ਨੇ ਕਦੇ 19 ਨਾਲ ਹੀ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਜ਼ਿਕਰ ਆਉਂਦਾ ਹੈ ਤਾਂ ਉਸੇ ਵਕਤ ਹੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਵੀ ਜ਼ਿਕਰ ਨਾਲ ਆ ਜਾਂਦਾ ਜੋਜੋ ਸਾਹਿਬ ਕਹਿੰਦੇ ਨੇ ਕਿ ਹੁਣ ਯਾਰ ਸਾਡਾ ਤਾਂ ਇੰਨਾ ਰੌਲਾ ਰੱਪਾ ਪੈਂਦਾ ਨਹੀਂ ਮੈਂ ਵੀ ਯਾਰ ਬਾਦਲਾਂ ਦਾ ਕੁਝ ਨਾ ਕੁਝ ਨੇੜੇ ਤੇੜੇ ਲੱਗਦਾ ਹੀ ਆ ਹੁਣ ਉਹਨਾਂ ਨੇ ਠੋਕਿਆ ਮੁਕਦਮਾ ਜੈਜੀਤ ਸਿੰਘ ਨੇ ਉਰਫ ਜੋਜੋ ਨੇ ਕੁਝ ਦਿਨ ਤਾਂ ਸੁਰਖੀਆਂ ਚੱਲਣਗੀਆਂ ਕਹਿੰਦਾ ਪਰ ਮੈਂ ਮਾਫ਼ੀ ਨਹੀਂ ਦੇਣੀ ਬਿਕਰਮਜੀਤ ਸਿੰਘ ਮਜੀਠੀਆ ਨੇ ਦੇ ਦਿੱਤੀ ਮੈਂ ਨਹੀਂ ਛੱਡਦਾ ਮਹਾਰਾਣੀ ਦਾ ਕੇਸ ਦਾਇਰ ਹੋਇਆ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਜਾਂ ਨਹੀਂ ਵੱਧ ਸਕਦੀਆਂ ਕਿਹੜੀ ਗੱਲੋਂ ਉਹਨਾਂ ਨੇ ਕੇਸ ਕੀਤਾ ਕੀ ਕਿਹਾ ਸੀ ਉਹ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ ਪਰ ਕੁਇਕਲੀ 30 ਸੈਕਿੰਡ ਦਾ ਕੁਐਸਚਨ ਹੋਵੇਗਾ ਫਿਰ ਆਪਾਂ ਜਵਾਬ ਦੇਵਾਂਗੇ ਵੈਲਕਮ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਲਵਿੰਦਰ ਸਾਹਿਬ ਪੱਟੀ ਸਾਹਿਬ ਤੁਸੀਂ ਪਤਾ ਵੀ ਆਪਣਾ ਵਫ਼ਦ ਆਇਆ ਸੀ ਇੱਥੇ ਕੈਨੇਡਾ ਚ ਲਾਉਣ ਵਾਸਤੇ ਪ੍ਰੈਸ ਲੱਭੇ ਹੀ ਨਹੀਂ ਜੀ 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 ਉਦੋਂ ਪਹਿਲਾਂ USA ਚ ਆ ਚੁੱਕਾ ਜੀ ਜੀ ਉਹਦੇ 13 ਕਿੱਲੇ ਕਿਸੇ ਬੰਦੇ ਨੇ ਦਾਨ ਵੀ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਆਪਣਾ ਵੋਟ ਵੀ ਲਾ ਦਿੱਤਾ 4 ਕਰੋੜ ਰੁਪਇਆ ਉਸ ਸਮੇਂ ਦਾ ਜਮਾ ਵੀ ਹੈ SCPC ਦਾ ਉਸੇ ਅਕਾਊਂਟ ਦੇ ਵਿੱਚ ਕੋਈ ਸੰਗਤਾਂ ਦਾ ਵੀ ਹੋਣਾ ਬਿਲਕੁਲ ਜਿਹੜੇ 5 ਬੰਦੇ ਆਏ ਨੇ ਹੁਣ ਇਹਨਾਂ ਨੇ 2.5 ਲੱਖ ਰੁਪਏ ਦੀ ਇੱਕ ਟਿਕਟ ਲਈ ਹੈ 30,000 ਰੁਪਇਆ ਹਰ ਬੰਦੇ ਨੂੰ ਖਰਚਾ ਕਰਨ ਵਾਸਤੇ ਦਿੱਤਾ ਕਰਕੇ ਹੀ ਗਏ ਨੇ ਕਿਹਨੂੰ ਦੱਸਿਆ ਕੁਛ ਕੀਤਾ
अपने मतलब अपने इन्हां कम्मां वास्ते एसजीपी जी बनी है कि संगत दा पैसा आवे चंगी जगह ते अपने अपने वास्ते वरती जाओ कोई ना कोई बहाना ला लो। बहुत वधिया सवाल। 30-30 हजार रुपया डॉलर 30 हजार पर हेड पर हेड देख लो मित्रो और गोलक दे सुटो ऐ गल सही नहीं हैगी। देखो मेरी गल सुनो चावला साहब एदे बारे ना देखो हो सकता है मैं भी गलत हो सकता है क्योंकि मेनू इनफॉरमेशन सुना मिली है ये पट्टी साहब विच रहिंदे ने इन्हां नूं बैटर पता साडे नालों सुनो इस करके क्लैरिफिकेशन वास्ते करदा पर गल ऑथेंटिक है। मेहरबानी थैंक यू जी लो सुनो हरी पट्टी साहब वीर साहब एदे ते असीं दो प्रोग्राम कर चुके हुण तक 15 मिनट ला के दिल्ली अमेरिका तो लैके इंग्लैंड तो लैके कनेडा तक किथे किथे गए किवे किवे गए सारा दस चुके हैं। इस वे थोड़ी आ शाम से साड़ी आ सवेर अपने जो समय थोड़ा ते जे तुसी वेट कर लो सवेर तक 15 मिनट इन्नी मेहनत करके चावला जी खबरां दा जिहड़ा 10-15 मिनट दा इक समां लाउंदे हो बहुत काबले करो जे पट्टी साहब दे नाल ओही खबरां डिस्कस कर लिया करो जां पत्रकार नाल जिहड़ा तुसीं समां घटा दित्ता ते इह बड़ा लाहेवंद होवेगा ते मैं समझदा कि बहुत वधिया ओह सुझाअ ते शार्प 10 बजे टोरंटो दे समें दे मुताबिक गुड मॉर्निंग शो दे विच एक दिन पट्टी साहब एक दिन की दसा मैनूं पता पट्टी साहब कहिंदे मैनूं दो दिन कट्ठे लै लो पर नहीं एक दिन पट्टी साहब एक दिन कीदा साहब एक दिन पट्टी साहब एक दिन कीदा साहब सवेरे पट्टी साहब हाजिर होणगे बुधवार नूं कीदा साहब फिर वीरवार पट्टी साहब ते शुक्रवार की रात नूं ओवरटाइम भी लाउणा हुंदा ना पट्टी साहब नूं फेस करके आपां शुक्रवार नूं जिहड़ा है वह रात नूं ज़्यादा समां भी जे लग जाए तो कोई वड्डी गल नहीं। अच्छा इहनूं छड्ड दिंदे साइड ते ते जिहड़ी आपां गल कीती आ हाँ नहीं जागते नहीं साडा तो सवेर हों सूरज की एन टिक्की 10 बजे तो परौंठे परूठे खा के कमां के उत्ते साडे बिजनेसमैन भी बैठे होंगे ने साडिया भैन बच्चे स्कूल छड्डन जा रही होंदिया ने बच्चे लैके आ रही होंगे सारे कमां कारां तों निकल लैंदे टाइयां शाइयां ला के कोई वड्डी गल नहीं। जय जीत सिंह हुणा दे बारे मैनूं दसो कि मैं सोच रहा सी भी यार ये बंदे ने अपना प्रोग्राम सुनते चार घंटे लगातार मैं बैठा मेरा टेक्नीशियन भी हसदा हुंदा अंकल तुसीं 2 मिंट रुकदे हो सिर्फ ते 2 या 3 मिंट मैं उठना 4 घंटे तो 3 घंटे 2.5 घंटे पहला बह के फिर चाह का प्याला पी के बह जाइदा। तो मैं स्रोतों दसना चाहना कि एक्चुअली मैं जे वेख्या जाए तो मैं डिनर जिहड़ा ना 4:30-5 बजे कर लैंदा उस तों बाद मैनू भुख नहीं लगती तो सवेरे मेरा ब्रेकफास्ट आ जिहड़ा वो सवेरे हुण मतलब 9-9:30 बजे मैनू चाह का प्याला मिलता तो एक ब्रैड का बिस्कुट उस तों बाद क्योंकि मैं प्रोग्राम फेर करना हुंदा जे मतलब इन्ने घंटे ला के भी मतलब दाद ना ना मिले तो मन तो दुखी हुंदा। पर एक मैं तुहानू होर दस दिंदा पट्टी साहब आ जिहड़ा एक घंटा लास्ट है ना 11 तों 12 जी ये सिर्फ ते सिर्फ तुहाडे करके मैं रन कर रहा मैनू मतलब कोई है नहीं कोई भी इहदे विच कोई प्रॉफिट आ लॉस्ट आ पर साडे बिजनेसमैन साडा साथ दिंदे ने कहिंदे करांगे बट उहनां दा धन्नवाद। पर साडे जिहड़े स्रोते ने मैनूं शिकवा है उहनां ते कालां जिहड़ियां ने कुड़कुड़ किते आंडे किते वाली गल आ पट्टी साहब आंडे किते कुड़कुड़ किते ये चक्कर आ बड़ा दुखी मन करदा ये सिर्फ ते सिर्फ उह जिहड़े सहिरद स्रोते ने ना जिहड़े साइलेंट ने उह पैसे देण नूं तैयार पर आपां पैसे मैं तुहानूं पता कि कैश नहीं किसे कोल फड़ के कुछ ना ना लैणे आ ते ना ले आ 24 साल 24.5 साल हो गया बिजनेसमैन 2 स्पोंसर कर दें इस प्रोग्राम 3 कर दें मैं घंटा कर लूँगा अदरवाइज डेफिनेटली आने वाले दिनों असी सवेरे गल करा खुल के 2-3 दिन कर लाँगे हफ्ते जी बहुत वधिया गल हुंदी है जो 3 दिन करांगे ना तो लोग इंतजार भी करेंगे तो सुनगे भी यार वाकई गल हो रही है घंटा विदाउट कमर्शियल भी कर सकते कोई वड्डी गल नहीं 2-4 मिनट के कमर्शियल हो वधिया गल सो ये सिर्फ तो सिर्फ जो 11 तों 12 साढ़े जिहड़े रब वर्गे स्रोते ने ना जिहड़े साढ़े ट्रकर्स वीर
उन्होंने फोन कॉल आ रहे वेखो कि ना काम करो या सा मन उदास हो जाना पर मेरा भी मन उन्होंने तो बगैर नहीं लगता पर करिए कि स्टेशन का मन जो पैसा ना भरता एक यूट्यूब नहीं है ना फेसबुक आके लाइव बैठे इतने स्टेशन के पैसे तो देने ही देने आप गल कर रहे थे जो जो साहब वाली अठ मिनट नहीं चाहो तो अठ मिनट ला लो चाहे तो दो मिनट ला लो जी जी जोजो सिंह तुम गल की अज तो कुछ समा पहला मजीठिए ने कंपेरिजन किया जोजो सिंह ने गल कही थी भी मजीठिए ने ते साले की परिभाषा ही बगाड़ छी जोजो सिंह शब्द कहिंदा समाज दे विच साले नूं बड़ा मान ते सत्कार मिलदा वा ते मजीठिए ने पट्ठा भरता साले दे रिश्ते दा एक मिनट दस्सियो बस साले नूं किदन मान सन्मान मिलिया वैसे सभ्याचारक भाषा भी गल करा तो बड़ा एक टेढ़ा जा टेढ़े जे तौर ते मन्नया जांदा ते गाल कढ़नी होवे तां भी साडे भाईचारे दे विच साडा जिहड़ा ना साडा कल्चर उह कहिंदा भी सारी खुदाई एक पास एक एक पास दे जोरी तो पौगी एक पास के नहीं कहिंदा ए भी कहिंदा हां जी सारी सफाई एक तरफ जोरी को भाई की तरफ लोग जिथे जोरी दा पौ खड़ गया ओते पास होणा बड़ा आपां नूं दूजे पास नहीं जाफे जाफे मरदी पाटी साहब क्या बात है यार नजारा आ गया हाँ जी हाँ जी हाँ जी प्लीज अच्छा वो कहना जी वेखो परिभाषा बिगाड़ती है पर मजाकी का जी क्या उन्होंने जी पता भी कहानी मेरे ने वापर जानी मजीठिए ने बकायदा तौर पर केजरीवाल से केस किया मजीठी ने एक नैटवर्क अखबार के मैं तुम मैंने घटना वापर सुनाऊंगा कहते फिर गल करेंगे अगले दिन नेटवर्क ओदा वो तो छिक भी मारे तो बाद खबर आ जाती मजीठे छिक मारी नेटवर्क बनाया अपना उन्हें वो जो जल्द ही बना सकया और उदो मजीठिए ने केजरीवाल से केस करता पहला अरुण जेटली ने किया उस तो माफी मांग ली अपने मान जो केजरीवाल से मुड़ के मजीठिए को माफी मांग ली माफी मांगने का कारण की सीगा कि भाई रोज जल्दी नहीं आ जाता मुख्यमंत्री है गया कम जो हराश हों करके नहीं आ सकते बैटर माफी मांग कम नबेड़ नहीं तो पट्टी साहब एक मिनट मिनट याद आ गया सॉरी धरना गल करके मजा बड़ा साढ़े श्रोमणी अकाली दल के सरदार सुखबीर सिंह बादल सरदार प्रकाश सिंह बादल होना ते केस चलता वो तो पंजाब दे विच रह के पंजाब दीयां अदालतां च पेश नहीं होंदे सालां बद्धी तुहानू पता ही है ना वो जिहड़ा दोहरा जिहड़ा संविधान उहदे बारे आखिर समन जारी करने पए सरदार प्रताप सिंह कह रहे पंजाब दे मुख्यमंत्री सी उहनां नाल जज्जां जी सत्कार सीगा अफसर भी सत्कार उन्होंने घरवाली को एक बंदा चले गया उन्होंने बड़ा सेवादार सी उन्होंने कहना जी मेरी बेटी को एडमिशन नहीं मिल रहा चिट्ठी दे दो बीबी अनपढ़ सी उन्हें पैर तो कोई लीक मारनिया गोल देने के बाए अंडे उंडे जे बाए उन्हें उन्होंने जाके चिट्ठी दी उदो बीबी प्रिंसीपल उन्हें एडमिशन दे वो कहना आके बीबी जी मैं दसो इतने बड़े तरले लै बड़ी कुछ किया चिट्ठी एडमिट मिले लिखा की चिट्ठी ने लिखा पढ़े ना कहीं ना कहीं मारी तो लिखा से अनपढ़ सी वो कहती भी मैं ये लिखा से उसे भी बी कुड़िए जेड़ी जेड़े 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 जिन्हें तेन गड्डी दी है ना जिन्हें कुर्सी दी है ये वो धी अच्छा जी ठीक मतलब मेरा एक कहने तो पाव जेड़े सरदार प्रकाश सिंह बादल ने पत्ति किते कई अफसर जज भी है हाँ बिल्कुल जेड़े उसका सत्कार भी कर दे चल कोई नहीं यार कोई तरीके बदल लेंगे बापू जी आ जाएंगे देखो तरीके कोई गल नहीं वो जो तो हम बात हो गई हूँ हाईकोर्ट की इंट्रैक्शन है हम तो फिर आना आके अपने हिसाब तो वधे उठे जी अपनी अगर बेल कराओ आके ये चीज है इस करके अज भी जी मूह मनाजे सिर सलामा है जज भी सत्कार करते चलो एक कॉल ले ली एक कॉल ले लो पहला एक गल नु इथों आपा वाइंड अप करना हां जी हेलो हेलो सत श्री अकाल जी सत श्री अकाल हां जी पट्टी साहब नहीं पुछना सी मैं अकाली दल सुच्चा सिंह लगा नु टिकट दे रहे हैं किदा वाहेगुरु रात नु नींद नहीं आउंदी जापदी ना तुसीं किसे होर नु सोण देना है नहीं जी जे तो सवेर की गल है सवेर की गल है अज सवेरे कणिया उतारिया दरबार साहब मारिया बड़िया
ਉੱਥੇ ਅਸੀਂ ਇਕੱਠੇ ਫਿਕਰ ਹੋ ਗਏ ਤੇ ਉਹਨਾਂ ਦੇ ਸੇਵਾਦਾਰ ਵੀ ਖੜੀ ਸੀ ਐਸ ਸੀ ਪੀ ਸੀ ਵਾਲਿਆਂ ਤੇ ਗੱਲ ਲੰਗਾਹ ਦੀ ਚੱਲ ਸੀ ਅੱਛਾ ਲੰਗਾਹ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਮਿਲੇ ਕਿ ਨਹੀਂ ਮਿਲੀ ਭਗਤੀ ਬੜੀ ਆ ਉਹ ਡੇਲੀ ਅਜੇ ਵੀ ਆਉਂਦਾ ਲਗਾਤਾਰ ਰਿਹਾ ਜੇ ਚਾਰ ਮਹੀਨੇ ਤੋਂ ਜੁੱਤੀ ਪਾ ਕੇ ਵੀ ਆ ਜਾਂਦਾ ਕਦੀ ਕਦੀ ਤੇ ਮੇਰੀ ਇਨਫੋਰਮੇਸ਼ਨ ਛੇਤੀ ਮਿਲ ਜੂ ਲੰਗਾਹ ਨੂੰ ਚੋਣਾਂ ਤੋਂ ਪਹਿਲਾਂ ਮਾਫ਼ੀ ਨਹੀਂ ਮਿਲਣੀ ਚੋਣਾਂ ਤੋਂ ਬਾਅਦ ਮਾਫ਼ੀ ਮਿਲ ਸਕਦੀ ਪਹਿਲਾਂ ਨਹੀਂ ਮਿਲ ਸਕਦੀ ਤੇ ਜਿੰਨਾ ਟਿਕਟ ਵੀਰ ਜੀ ਉਹਨੂੰ ਅਕਾਲ ਤਖ਼ਤ ਤੋਂ ਮਾਫ਼ੀ ਨਹੀਂ ਮਿਲਦੀ ਉਹਨਾਂ ਟਿਕਟ ਦੇਣ ਦੀ ਗੱਲ ਬੜੀ ਸ਼ੁਰੂ ਟਿਕਟ ਨੂੰ ਛੋੜ ਨਹੀਂ ਦੇਣਾ ਉਹਨਾਂ ਨੂੰ ਕਿਉਂਕਿ ਇਹਨਾਂ ਨੂੰ ਛੋੜ ਦੇਣਾ ਪਈ ਭੱਜ ਇੱਥੇ ਤੇਰੀ ਲੋੜ ਨਹੀਂ ਸਾਨੂੰ ਹੈਗੀ ਚਲੋ ਹੁਣ ਇਹਦੇ ਵਿੱਚ ਸੁੱਚਾ ਸਿੰਘ ਲੰਗਾ ਆਪਣਾ ਰੋਲ ਕੀ ਨਿਭਾਉਂਦਾ ਵਾ ਉਹ ਤੁਹਾਨੂੰ ਇਲੈਕਸ਼ਨ ਦੱਸਾਂਗਾ ਅੱਛਾ ਚਲੋ ਜੋਜੋ ਵਾਲੀ ਜਿਹੜੀ ਜੋਜੋ ਵਾਲੀ ਗੱਲ ਕਰਦੇ ਹੁਣ ਜੋਜੋ ਨੇ ਕੇਸ ਕਰਤਾ ਕੇਜਰੀਵਾਲ ਤੇ ਨਾਲ ਕਹਿਤਾ ਵੀ ਵਿੱਚ ਸਾਡੇ ਇੱਕ ਰਿਸ਼ਤੇਦਾਰ ਨੇ ਕੇਸ ਕੀਤਾ ਸੀਗਾ ਉਹਨੇ ਮੁਆਫ਼ੀ ਮੰਗ ਕੇ ਮੁਆਫ਼ੀ ਮੰਗ ਕੇ ਛੱਡ ਦਿੱਤਾ ਸੀ ਪਰ ਮੈਂ ਨੀ ਛੱਡੂਗਾ ਮੈਂ ਉਹਨੂੰ ਜੇਲ੍ਹ ਯਾਤਰਾ ਕਰਾਊਂਗਾ ਪਹਿਲੀ ਗੱਲ ਤੇ ਜੋਜੋ ਸਾਹਿਬ ਤੁਸੀਂ ਇਹ ਦੱਸਿਓ ਜਾ ਕੇ ਜੱਜ ਨੂੰ ਮੈਨੂੰ ਮੈਂ ਜੋਜੋ ਮੈਂ ਆ ਉਹਨੇ ਕਿਹਾ ਲਿਖਿਆ ਫਿਰੋ ਕਿੱਥੇ ਜੋਜੋ ਕਿੱਥੇ ਆ ਤੁਹਾਡਾ ਨਾਂ ਜੈਜੀਤ ਸਿੰਘ ਆ ਤੁਸੀਂ ਜੋਜੋ ਲਿਖੋ ਲਿਖੀ ਚੋ ਉਹਨੇ ਕਿਹਾ ਤੁਹਾਡਾ ਨਾਂ ਕੀ ਤਾ ਆਧਾਰ ਕਾਰਡ ਲਿਆਓ ਤੁਹਾਡਾ ਪੈਨ ਕਾਰਡ ਲਿਆਓ ਕੀ ਲਿਖਿਆ ਉੱਥੇ ਉਹਨੇ ਸਿਰਫ ਇਹੋ ਕਿਹਾ ਵੀ ਜਦੋਂ ਸਾਡੀ ਵਾਰੀ ਆਈ ਜੋਜੋ ਟੈਕਸ ਮਾਫ ਤੁਹਾਡਾ ਖਤਮ ਕਰਾਂਗੇ ਉਹਨੇ ਉਹ ਤੋਂ ਕੁਛ ਨੀ ਕਿਹਾ ਅੱਜ ਬਾਅਦ ਉਹਦੇ ਕਈ ਬਹਾਨੇ ਮੈਂ ਜਦੋਂ ਟੈਕਸ ਕਿਹਨੂੰ ਕਿਹਾ ਲੇਕਿਨ ਇਹ ਆ ਵੀ ਜੈਜੀਤ ਸਿੰਘ ਹੋਰਾਂ ਨੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਬਣੀ ਨੀ ਉਹਨਾਂ ਦੀ ਖਬਰ ਜ਼ਰੂਰ ਲੱਗੀ ਆ ਛੋਟੀ ਜਿਹੀ ਅੱਜ ਗਾਹ ਖਬਰ ਲੱਗਦੀ ਕਿ ਲੱਗਦੀ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਦੇਖੋ ਆਤੇ ਜਾਤੇ ਹੋਏ ਮੈਂ ਸਭ ਕੀ ਸਭ ਤੇ ਨਜ਼ਰ ਰੱਖਦਾ ਹੁਣ ਨਾਮ ਚਾਵਲਾ ਹੈ ਮੇਰਾ CNN ਮੈਂ ਖਬਰ ਦੇਤਾ ਹੂੰ ਜੋਜੋ ਸਾਹਿਬ ਬਿਕਰਮਜੀਤ ਸਿੰਘ ਮਜੀਠੀਆ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਚਲੋ ਬੈਸਟ ਆਫ ਲੱਕ ਐਜ ਏ ਮੀਡੀਆ ਸਾਡੇ ਜਿਹੜੇ ਨਜ਼ਰੀਆ ਜਿਹੜਾ ਵਾ ਉਹ ਵੇਖੋ ਮਨਪ੍ਰੀਤ ਬਾਦਲ ਹੋਣਾਂ ਦੇ ਰਿਸ਼ਤੇਦਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਰਿਸ਼ਤੇਦਾਰ ਨੇ ਅਤੇ ਪਲੱਸ ਬਈ ਮਜੀਠੀਆ ਪਰਿਵਾਰ ਦਾ ਜੋ ਕੁਝ ਵੀ ਹੈ ਹਿਸਟਰੀ ਦੇ ਵਿੱਚ ਇੱਕ ਹੋਰ ਵੀ ਨਾਂ ਹੈਗਾ ਹੈ ਨਾ ਇਸ ਕਰਕੇ ਚਰਚਾ ਦੇ ਵਿੱਚ ਨੇ ਉਹ ਮੈਂ ਜੀ ਸਮਾਂ ਆਉਣ ਤੇ ਨਾ ਤੁਹਾਨੂੰ ਦੋ ਚਿੱਠੀਆਂ ਦਾ ਜ਼ਿਕਰ ਕਰੂੰਗਾ ਦੋ ਚਿੱਠੀਆਂ ਮੇਰੇ ਕੋਲ ਪਈਆਂ ਚਲੋ ਹੁਣ ਸਮਾਂ ਵੀ ਹੋ ਗਿਆ ਆਪਣਾ ਫਿਰ ਇੱਕ ਚਿੱਠੀ ਆਈ ਸੀ ਮੈਨੂੰ ਰੀਅਲ ਬ੍ਰਦਰ ਨਾਮ ਪ੍ਰਕਾਸ਼ ਸਿੰਘ ਬਾਦਲ ਅੱਛਾ ਪਤਾ ਲੱਗ ਜਾਏ ਮੈਂ ਅਸਲੀ ਸਾਲਾ ਵਾ ਨਕਲੀ ਵੀ ਇਹ ਗੱਲ ਵੈਰੀ ਵੈਰੀ ਵੈਲ ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ